ਆ ਜੀ ਪਿੰਡ ਪਾਕਿਸਤਾਨ ਦਾ ਲਾਸਟ ਪਿੰਡ ਜਿਹੜਾ ਬਾਰਡਰ ਦੇ ਉੱਤੇ ਹੈਗਾ ਠੂਠਣੇ ਪਿੰਡ, ਪਰ ਨਾਲ ਹੀ ਇੰਡੀਆ ਦਾ ਪਿੰਡ ਜੇ ਅਸੀਂ ਇਨਸ਼ਾਅੱਲਾ ਤੁਹਾਨੂੰ ਬਰਾਬਰ ਪਿੰਡ ਦਿਖਾ ਰਹੇ ਹਾਂ। ਇੰਡੀਆ ਦੇ ਜਿਹੜੇ ਨੇ ਬੰਦੇ ਕੰਮ ਕਰ ਰਹੇ ਨੇ ਮਾਸ਼ਾਅੱਲਾ, ਉਹਨਾਂ ਤਿਲੀ ਬੀਜੀ ਹੈ, ਤਿਲੀ ਚੋ ਜਨਾਬ ਬੰਨੇ ਕੱਢ ਰਹੇ ਨੇ, ਟਰੈਕਟਰ ਇੱਥੇ ਆ ਰਿਹਾ ਫਿਰ ਵਾਪਸ ਜਾ ਰਿਹਾ। ਅੱਧਾ ਪਿੰਡ ਇੰਡੀਆ ਵਾਲੀ ਸਾਈਡ 'ਤੇ ਰਹਿ ਗਿਆ ਸੀ ਇੰਡੀਆ ਦੇ ਬਟਵਾਰੇ ਦੇ ਟਾਈਮ 'ਤੇ, ਅੱਧਾ ਪਿੰਡ ਪਾਕਿਸਤਾਨ ਵਿੱਚ ਰਹਿ ਗਿਆ ਸੀ। ਇਹ ਮੁਰਗੀਆਂ ਵੇਖ ਸਕਦੇ ਨੇ ਪਾਕਿਸਤਾਨ ਦੀ ਹੱਦ 'ਚ ਖੜੀਆਂ ਨੇ। ਬਿਸਮਿਲ੍ਲਾਹਿਰ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਕੀ ਹਾਲ ਚਾਲ ਸਰ? ਖੈਰ ਖਰੀਏ ਤਾਂ ਉਮੀਦ ਕਰਨਾ ਕਿ ਸਰ ਬਾਈ ਠੀਕ ਹੋ ਸਕਦੇ। ਮੈਂ ਅਬਦੁਲ ਕਦੀਰ, ਤੁਸੀਂ ਵੇਖਦੇ ਪਏ ਹੋ ਸਾਡੇ ਯੂਟਿਊਬ ਚੈਨਲ ਜੈੱਡ ਵਲੌਗ। ਨਾਜ਼ਰੀਨ, ਮੈਂ ਅੱਜ ਇੱਕ ਐਸੇ ਪਿੰਡ ਦੇ ਵਿੱਚ ਮੌਜੂਦ ਹੈਗਾ ਹਾਂ ਜਿਹਦਾ ਅੱਧਾ ਪਿੰਡ ਇੰਡੀਆ ਵਾਲੀ ਸਾਈਡ 'ਤੇ ਰਹਿ ਗਿਆ ਸੀ ਇੰਡੀਆ ਦੇ ਬਟਵਾਰੇ ਦੇ ਟਾਈਮ 'ਤੇ, ਅੱਧਾ ਪਿੰਡ ਪਾਕਿਸਤਾਨ ਵਿੱਚ ਰਹਿ ਗਿਆ ਸੀ। ਅਤੇ ਇਸ ਪਿੰਡ ਦਾ ਨਾਂ ਹੈਗਾ ਇਹ ਚੱਕ ਠੂਠਿਆਂ ਵਾਲੀ। ਨਾਜ਼ਰੀਨ, ਤੁਸੀਂ ਸੋਸ਼ਲ ਮੀਡੀਆ 'ਤੇ ਵੀਡੀਓ ਕਾਫੀ ਵੇਖੀਆਂ ਹੋਣੀਆਂ ਨੇ ਇਸ ਠੂਠਿਆਂ ਵਾਲੀ ਪਿੰਡ ਦੀਆਂ, ਅਤੇ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਹੈਗਾ, ਅਸੀਂ ਤੁਹਾਨੂੰ ਉਹ ਵੀ ਵਿਖਾਵਾਂਗੇ। ਲੋਕ ਭਰੇ ਕੰਮ ਕਰ ਰਹੇ ਹਨ ਪਰਲੀ ਸਾਈਡ 'ਤੇ, ਆਪਣੀ ਕਾਸ਼ਤ ਕਰ ਰਹੇ ਹਨ, ਉਹ ਵੀ ਤੁਹਾਨੂੰ ਵਿਖਾਉਣੇ ਹੈ, ਅਤੇ ਸਾਡੇ ਨਾਲ ਜੁੜੇ ਰਹੇ ਜੇ। ਨਾਜ਼ਰੀਨ ਵੇਖ ਸਕਦੇ ਨੇ ਇਹ ਸਰਹੱਦ ਹੈਗੀ ਹੈ ਪਾਕਿਸਤਾਨ ਦੀ, ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ। ਇਹ ਸਾਡੇ ਪਾਕਿਸਤਾਨੀਆਂ ਦਾ ਮਾਲ ਬੰਨਾ ਖੜਾ ਹੈ, ਇਹ ਚੱਕ ਠੂਠਿਆਂ ਵਾਲੀ ਪਿੰਡ ਪੂਰਾ ਵੇਖ ਸਕਦੇ ਨੇ, ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਹੈਗਾ ਇਹ। ਅਤੇ ਨਾਜ਼ਰੀਨ ਇਹ ਵੇਖ ਸਕਦੇ ਨੇ ਇਹ ਸਰਹੱਦ ਹੈਗੀ ਹੈ, ਇਹ ਤਾਂ ਨਜ਼ਰ ਆ ਰਹੀ ਹੋਣੀ ਹੈ, ਉਹ ਇੰਡੀਆ ਵਾਲੀ ਸਾਈਡ 'ਤੇ ਆ ਜਾਂਦੀ, ਇੰਡੀਆ ਦੀ ਸਰਹੱਦ ਆ ਜਾਂਦੀ ਹੈ, ਜ਼ੀਰੋ ਲਾਈਨ ਤੁਸੀਂ ਵੇਖ ਸਕਦੇ ਹੋ। ਬਾਕੀ ਜਿਹੜੀ ਆ ਤਾਰ ਹੈਗੀ ਹੈ ਇਹ ਥੋੜ੍ਹੀ ਦੂਰੀ 'ਤੇ ਹੈਗੀ, ਤਕਰੀਬਨ 2 ਏਕੜ ਦੀ ਦੂਰੀ 'ਤੇ ਹੈਗੀ ਹੈ। ਉਸ ਤੋਂ ਬਾਅਦ ਪਰਾਂ ਕੋਈ ਇੰਡੀਆ ਦੇ ਕਿਸਾਨ ਕਾਸ਼ਤ ਕਰ ਰਹੇ ਹਨ, ਉਹ ਤੁਹਾਨੂੰ ਵਿਖਾਉਣੇ ਹੈ ਉਹ ਕੀ ਕਰ ਰਹੇ ਹਨ। ਨਾਜ਼ਰੀਨ ਵੇਖ ਸਕਦੇ ਨੇ ਇਹ ਟਰੈਕਟਰ ਫਿਰ ਰਿਹਾ, ਤੁਹਾਨੂੰ ਨਜ਼ਰ ਆ ਰਿਹਾ ਹੋਣਾ, ਇਹ ਵੱਟਾਂ ਪਾ ਰਿਹਾ, ਬੰਨੇ ਪਾ ਰਿਹਾ ਇਹ। ਹੁਣ ਇੱਥੇ ਪਤਾ ਨਹੀਂ ਕੀ ਚੀਜ਼ ਇਹਨਾਂ ਨੇ ਬੀਜਣੀ ਹੈ। ਤੁਹਾਨੂੰ ਜਿਹੜੇ ਬਾਈ ਇੰਡੀਆ ਤੋਂ ਵੇਖ ਰਹੇ ਨੇ, ਇੱਕ ਤਾਂ ਸਾਨੂੰ ਇਸ ਟਰੈਕਟਰ ਦਾ ਨਾਂ ਦੱਸੋ ਕਮੈਂਟਸ ਦੇ ਵਿੱਚ ਵੀ ਇਹ ਟਰੈਕਟਰ ਕਿਹੜਾ ਹੈਗਾ, ਇਹ ਵੇਖ ਸਕਦੇ ਨੇ ਕਿਉਂਕਿ ਕਾਫੀ ਦੂਰੀ 'ਤੇ ਹੈਗਾ ਇਹ, ਤੁਹਾਨੂੰ ਦਿਖਾ ਦਿੰਦੇ ਹਾਂ, ਨਜ਼ਰ ਨਹੀਂ ਆਉਂਦਾ, ਬੜੀ ਮੁਸ਼ਕਲ ਨਾਲ ਜਿਹੜਾ ਨਾ ਉਹ ਕਵਰ ਕਰ ਰਹੇ ਹੈ। ਅਤੇ ਤੁਸੀਂ ਟਰੈਕਟਰ ਦਾ ਨਾਂ ਦੱਸਣਾ ਹੈ ਸਾਨੂੰ ਵੀ ਕਿਹੜਾ ਟਰੈਕਟਰ ਹੈਗਾ ਜਿਹੜੇ ਬਾਈ ਇੰਡੀਆ ਤੋਂ ਵੇਖ ਰਹੇ ਨੇ। ਬਾਕੀ ਉਹ ਵੇਖ ਸਕਦੇ ਨੇ ਜਿਹੜੇ ਇੰਡੀਆ ਤੋਂ 2 ਹੈਗੇ ਨੇ, ਹੁਣ ਇੱਕ ਨੇ ਕਮੀਜ਼ ਸਲਵਾਰ ਪਾਈ ਹੋਈ ਹੈ, ਅਤੇ ਜਿਹੜਾ ਟਰੈਕਟਰ ਚਲਾ ਰਿਹਾ ਉਹਨੇ ਟਰੋਜ਼ਰ ਸ਼ਰਟ ਪਾਈ ਹੋਈ ਹੈ, ਅਤੇ ਬਾਕੀ ਕੋਈ ਦੋਸਤ ਹੈਗੇ ਨੇ ਸਾਡੇ ਹੋਰ ਵੀਡੀਓ ਬਣਾ ਰਹੇ ਨੇ ਉਹ ਵੀ, ਅਤੇ ਇਹਨਾਂ 'ਚੋਂ ਬਾਈ ਹੈਗੇ ਨੇ ਇੱਥੋਂ ਦੇ ਜਿਹੜੇ ਠੂਠਿਆਂ ਵਾਲੇ ਪਿੰਡ ਦੇ ਹੈਗੇ ਨੇ, ਉਹਨਾਂ ਨਾਲ ਵੀ ਗੱਪਸ਼ਪ ਲਾਉਂਦੇ ਹਾਂ, ਪੁੱਛਦੇ ਦੱਸਦੇ ਹਾਂ ਇਸ ਪਿੰਡ ਦੇ ਬਾਰੇ। ਉਹ ਜਿਹਾ ਬਾਈ ਹੋਰਾਂ ਨੇ ਕੱਪ ਸੱਟਿਆ ਇਹ, ਅਤੇ ਇੰਡੀਆ ਦੀ ਸਰਹੱਦ ਵਿੱਚ ਗਿਆ ਪਾਕਿਸਤਾਨ ਦਾ ਪਿੰਡ, ਉਦੋਂ ਇੰਡੀਆ ਦਾ ਪਿੰਡ, ਇਸੇ ਤਰ੍ਹਾਂ ਪਹਿਲੇ ਵਲੌਗ 'ਚ ਬਰਾਬਰ ਪਿੰਡ ਨਹੀਂ ਆਏ ਜਿਸ ਤਰ੍ਹਾਂ ਅੱਜ ਦਾ ਇਦੋਂ ਪਾਕਿਸਤਾਨ ਦਾ ਪਿੰਡ, ਪਹਿਲਾਂ ਇੰਡੀਆ ਦਾ ਪਿੰਡ, ਪਹਿਲੀ ਦਫ਼ਾ ਇਸ ਵਲੌਗ VIP ਦੀ ਇਨਸ਼ਾਅੱਲਾ ਪਹਿਲੀ ਦਫ਼ਾ ਤੁਹਾਨੂੰ ਦੇਖਣੇ ਨੂੰ ਮਿਲ ਸੀ ਕਿ ਪਾਕਿਸਤਾਨ ਔਰ ਇੰਡੀਆ ਦਾ ਬਰਾਬਰ ਪਿੰਡ। ਅਤੇ ਅਸੀਂ ਜਨਾਬ ਪਹਿਲੇ ਬੜੇ ਵਲੌਗ ਨਾਲ ਲੈ ਕੇ ਜਿਹੜਾ ਅੱਜ ਵਾਲਾ ਵਲੌਗ ਹੈ ਬੜਾ VIP ਅਤੇ ਹੈ ਵੀ ਬਾਰਡਰ ਦੀ ਲੈਣ ਦੇ ਉੱਤੇ ਵਲੌਗ, ਇਸ ਤਰ੍ਹਾਂ ਪਹਿਲੇ ਵੀ ਵਲੌਗ ਹਨ ਲੇਕਿਨ ਉਹ ਥੋੜ੍ਹੇ ਥੋੜ੍ਹੇ ਦੂਰ ਦਿਨ, ਅੱਜ ਵਾਲਾ ਵਲੌਗ ਬਾਰਡਰ ਦੀ ਲੈਣ ਦੇ ਉੱਤੇ ਆ ਰਹੀ ਹੈ। ਬੜੀ ਮਿਹਨਤ ਮੁਸ਼ੱਕਤ ਕੀਤੀ ਅਤੇ ਨਾਜ਼ਰੀਨ ਤੁਸੀਂ ਮੁਹੱਬਤ ਫਰਮਾ ਅਤੇ ਸਾਨੂੰ ਕਮੈਂਟ ਵੀ VIP ਕਰਨੇ, ਅਤੇ ਜਨਾਬ ਸਾਨੂੰ ਤੁਸੀਂ ਜਿਹੜਾ ਨਾ ਮੁਹੱਬਤ ਦੇਣੀ ਹੈ ਇਸ ਵਲੌਗ ਦੀ। ਅੱਜ ਸਫ਼ਰ ਅਸੀਂ 150 ਕਿਲੋਮੀਟਰ ਬੰਦ ਕਰਦੇ ਹਾਂ, ਧੁੱਪ ਵੀ ਬੜੀ ਹੈ, ਨਾ ਦੇ ਆਏ ਹਾਂ, ਅਤੇ ਜਨਾਬ ਜਿਹੜਾ ਨਾ ਤੁਸੀਂ ਮੁਹੱਬਤ ਪਿਆਰ ਸਾਨੂੰ ਜ਼ਰੂਰ ਦੇਣਾ। ਅਤੇ ਆਹ ਮੈਂ ਜੀ ਇੰਡੀਆ 'ਚ ਪੈਰ ਦੁਬਾਰਾ ਰੱਖ ਅਤੇ
ਆਦੇ ਸ਼ਹਿਰ ਵਿੰਚਨਾਬਾਦ ਨੂੰ ਵਾਪਸ ਚੱਲ ਰਹੇ। ਸਾਡੇ ਬੜੇ ਮੁਹੱਬਤ ਵਾਲੇ, ਉਹਨਾਂ ਨਾਲ ਥੋੜਾ ਥੋੜਾ ਦਿਖਾਉਂਦੇ ਚੱਲੀਏ ਨਾ। ਇਹ ਜਿਹੜੇ ਮੈਂਬਰ ਹੁੰਦੇ ਨਾ, ਮੈਂਬਰ ਇਹ ਵੀ ਇੱਕ ਫੈਮਿਲੀ ਮੈਂਬਰ ਤਰ੍ਹਾਂ ਹੁੰਦੇ, ਜਿਵੇਂ ਆਪਣੇ ਘਰ ਦੇ ਨਹੀਂ ਜੀ ਹੁੰਦੇ। ਵੇਵਰ ਤਾਂ ਏਸੀ ਥੱਲੇ ਬਹਿ ਤੇ ਵੇਂਦੇ ਨੇ, ਲੇਕਿਨ ਮੋੜ ਮੀਆਂ ਜਿਸ ਤਰੀਕੇ ਵੋਟ ਪੈਂਦੇ ਨੇ, ਹਾਂ ਤੇ ਹਰ ਕੋਈ ਆਪਣੇ ਆਪਣੇ ਕੋਸ਼ਿਸ਼ ਕਰਦਾ ਆਪਣੇ ਸਪੋਰਟਰਾਂ ਵੋਟਰਾਂ ਵਾਸਤੇ। ਹਾਂਜੀ, ਤੇ ਆਪਾਂ ਵੀ ਵੀਵਰਾਂ ਵਾਸਤੇ ਪੰਧ ਕਰ ਰਹੇ ਹਾਂ ਜੀ। ਆ ਜੀ ਪਿੰਡ ਪਾਕਿਸਤਾਨ ਦਾ ਲਾਸਟ ਪਿੰਡ ਜਿਹੜਾ ਬਾਰਡਰ ਦੇ ਉੱਤੇ ਹੈਗਾ, ਠੂਠਣੀ ਪਿੰਡ, ਪਰ ਨਾਲ ਹੀ ਇੰਡੀਆ ਦਾ ਪਿੰਡ ਜੇ ਅਸੀਂ ਇਨਸ਼ਾਅੱਲਾ ਅੱਜ ਤੁਹਾਨੂੰ ਬਰਾਬਰ ਪਿੰਡ ਦਿਖਾ ਰਹੇ ਹਾਂ। ਇੰਡੀਆ ਦੇ ਜਿਹੜੇ ਨੇ ਬੰਦੇ ਕੰਮ ਕਰ ਰਹੇ ਨੇ ਮਾਸ਼ਾਅੱਲਾ, ਉਹਨਾਂ ਤਿਲੀ ਬੀਜੀ ਹੈ, ਤਿਲੀ ਚੋ ਜਨਾਬ ਬੰਨੇ ਕੱਢ ਰਹੇ, ਟਰੈਕਟਰ ਇੱਥੇ ਆ ਰਹੀ ਆ ਫਿਰ ਵਾਪਸ ਜਾ ਰਹੀ ਆ। ਇਨਸ਼ਾਅੱਲਾ ਬੜੀ ਮਿਹਨਤ ਨਾਲ ਵਲੌਗ ਬਣਾਉਂਦੇ ਪਏ ਹਾਂ, ਅਤੇ ਇਨਸ਼ਾਅੱਲਾ ਇਹਨੂੰ ਲਾਈਕ ਕਰੋ, ਸ਼ੇਅਰ ਕਰੋ। ਵੀ ਆਈ ਪੀ ਵਲੌਗ ਅਸੀਂ ਇਨਸ਼ਾਅੱਲਾ, ਅਤੇ ਬਿਲਕੁਲ ਇਹੋ ਜਿਹਾ ਵਲੌਗ ਬੜੀ ਮੁਸ਼ਕਲ ਨਾਲ ਬਣਦਾ ਜਿਹੜਾ ਬਾਰਡਰ ਦੇ ਉੱਤੇ ਆਪਣਾ ਪਿੰਡ। ਬੜੀ ਥਾਰੇ ਗਏ, ਲੇਕਿਨ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਬਾਰਡਰ ਦੇ ਉੱਤੇ ਲੈਣ, ਜ਼ੀਰੋ ਦੇ ਉੱਤੇ ਪਿੰਡ, ਇਸ ਤਰ੍ਹਾਂ ਅੱਗੇ ਨਹੀਂ ਆਉਣਾ। ਬੜੀ ਮੁਸ਼ਕਲ ਨਾਲ ਬੜਾ ਸਫ਼ਰ ਕਰਕੇ ਇੱਥੇ ਪਹੁੰਚੇ, ਅਤੇ ਬੜਾ ਹੀ ਵੀ ਆਈ ਪੀ ਮਾਹੌਲ ਹੈ। ਬਿਲਕੁਲ ਨਜ਼ਦੀਕ ਤਾਰਾਂ ਵੇਖ ਲਓ ਜੀ, ਬਿਲਕੁਲ ਨਜ਼ਦੀਕ ਇੱਕ ਕਿੱਲੇ 'ਤੇ ਖੜੀਆਂ। ਇੰਡੀਆ ਤਾਂ ਚੌਂ ਪੰਜਾਂ ਕਦਮਾਂ 'ਤੇ ਲੈਣ ਖੜੀ ਹੈ, ਅਤੇ ਬਾਰਡਰ ਬਿਲਕੁਲ ਇੱਕ ਕਿੱਲੇ 'ਤੇ ਖੜਾ ਜੀ। ਇਸ ਤਰ੍ਹਾਂ ਦਾ ਵਲੌਗ ਇਨਸ਼ਾਅੱਲਾ ਘੱਟ ਹੀ ਕੋਈ ਦਿਖਾ ਸੀ, ਜਿਸ ਤਰ੍ਹਾਂ ਅੱਜ ਬਾਈ ਕਦੀਰ ਦੇ ਅਸੀਂ ਚੈਨਲ 'ਤੇ ਦਿਖਾ ਰਹੇ ਹਾਂ। ਇਹ ਬੜੀ ਮਿਹਨਤ ਨਾਲ, ਬੜੀ ਮੁਸ਼ਕਲ ਨਾਲ, ਤੂੰ ਇਨਸ਼ਾਅੱਲਾ ਕੋਈ ਘਾਟ ਹੀ ਦਿਖਾ ਸੀ। ਤੈਨੂੰ ਫੁੱਲ ਮੁਹੱਬਤ ਪਿਆਰ ਦੇ, ਇਹਨੂੰ ਲਾਈਕ ਸ਼ੇਅਰ ਕਰੋ, ਅਤੇ ਇਸ ਤਰ੍ਹਾਂ ਵੀ ਆਈ ਪੀ ਮੌਸਮ ਹੀ ਬੜਾ ਵੀ ਆਈ ਪੀ ਹੋ ਗਿਆ, ਠੰਡਾ ਹੋ ਗਿਆ। ਅੱਲਾਹ ਪਾਕ ਨੇ ਸਾਡੇ 'ਤੇ ਰਹਿਮਤ ਕੀਤੀ, ਜਿੰਨੀ ਅਸੀਂ ਮਿਹਨਤ ਕੀਤੀ ਹੈ। ਅੱਜ ਨਾਜ਼ਰੀਨ ਬਿਲਕੁਲ ਅਸੀਂ ਲੈਣ ਦੇ ਉੱਤੇ ਖੜਿਆ, ਜਿਹੜਾ ਕੁੱਤਾ ਜਾ ਰਹੀ ਹੈ ਜੀ, ਇਹ ਬਿਲਕੁਲ ਜ਼ੀਰੋ ਲੈਣ ਦੇ ਉੱਤੇ ਜਾ ਰਹੀ ਹੈ ਜੀ, ਇੰਡੀਆ ਦੀ ਹਦੂਦ ਤੇ ਜਾ ਰਹੀ ਹੈ, ਇੰਡੀਆ ਦੀ ਹਦੂਦ ਤੇ ਜਾ ਰਹੀ। ਉਹ ਟਰੈਕਟਰ ਜੀ ਬਿਲਕੁਲ ਲੈਣ ਦੇ ਅੱਗੇ ਨਾਲ ਮੁੱਢੇ ਚੱਲਦਾ ਰਿਹਾ, ਅਸੀਂ ਦੇਖਦੇ ਰਹੇ ਸੀ, ਥੋੜ੍ਹੀ ਜਿਹੀ ਲੇਟ ਹੋ ਗਈ, ਟਰੈਕਟਰ ਵਾਪਸ ਚਲਾ ਗਿਆ, ਉਹ ਬੰਨੇ ਕਿੜਦਾ ਫਿਰਦਾ। ਦੂਸਰਾ ਜੀ, ਥੋੜ੍ਹੀ ਦੇਰ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਵਲੌਗ 'ਚ ਵਿਖਾਸ ਹੈ ਕਿ ਉਹਨਾਂ ਦੀਆਂ ਬੱਕਰੀਆਂ ਲੈਣ ਦੇ ਨਾਲ ਚਰਨ ਆਸਣ। ਜੇ ਅਸੀਂ ਇਨਸ਼ਾਅੱਲਾ ਵੇਟ ਕਰ ਸਕਦੇ ਤੁਹਾਡੇ ਵਿਵਰਾਂ ਦੀ ਖਾਤਰ, ਬੱਕਰੀਆਂ ਆ ਗਈਆਂ ਤਾਂ ਜ਼ਰੂਰ ਦਿਖਾਸ ਹੈ, ਜੇ ਨਾ ਆਈਆਂ ਕਿਉਂਕਿ ਦੁਪਹਿਰ ਦਾ ਟਾਈਮ ਹੈ ਤਾਂ ਫਿਰ ਮਾਜ਼ਰਤ। ਮੈਂ ਵੇਖ ਸਕਦੇ ਨੇ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜਾ ਪਿੰਡ ਹੈਗਾ, ਭਾਈ ਹੋਰੀ ਜਿਹੜਾ ਨਾ ਗਾਈਆਂ ਨੂੰ ਛੱਡ ਰਿਹਾ ਨੇ, ਆਪਣੀ ਗੋਤ ਸ਼ੋਤ ਕੀਤੀ ਨੇ, ਚਾਰਾ ਸ਼ਾਰਾ ਪਾਇਆ ਨੇ। ਇਹ ਪਰ ਨਾਲ ਬਿਲਕੁਲ ਬਾਰਡਰ ਹੈਗਾ, ਜ਼ੀਰੋ ਲਾਈਨ ਹੈਗੀ, ਇੰਡੀਆ ਪਾਕਿਸਤਾਨ ਦੀ ਸਰਹੱਦ ਹੈਗੀ ਹੈ। ਤੇ ਇਹ ਸਾਡੇ ਕੋਈ ਬਾਈ ਬੈਠੇ ਨੇ, ਤੇ ਮਜ਼ੀਦ ਪੁੱਛਦੇ ਦੱਸਦੇ ਆ। ਲਾਸਟ ਪਿੰਡ ਹੈਗਾ ਤੇ ਜਨਾਬ ਸਾਡਾ ਬਾਈ ਹੈ ਖਾਨ ਸਾਹਿਬ, ਬਾਈ ਅਬਦੁਸਤਾਰ ਜੋਈਆ ਸਾਹਿਬ, ਅਸੀਂ ਜੋਈਆ ਜੀ ਜੀ। ਇਹ ਬਾਈ ਬੜੀ ਮੁਹੱਬਤ ਵਾਲਾ, ਬੜੀ ਪਿਆਰ ਵਾਲਾ ਜਨਾਬ, ਇਹਨੇ ਸਾਡੀ ਬੜੀ ਸੇਵਾ ਕੀਤੀ ਹੈ, ਬੜੀ ਮੁਹੱਬਤ ਪਿਆਰ ਦਿੱਤਾ ਸੀ ਆਪਦੇ ਘਰ ਦੇ ਅੱਗੇ। ਵੇਖੋ ਜੀ, ਚਾਰ ਪਾਈ ਲਿਆ ਤੇ ਸਾਨੂੰ ਦਿੱਤੀ ਸੀ, ਅਸੀਂ ਇਹਨੂੰ ਕਿਹਾ ਕਿ ਅਸੀਂ ਨਾਜ਼ਰੀਨ ਨੂੰ ਬੱਕਰੀਆਂ ਵਿਖਾ ਤੇ ਇੰਡੀਆ ਦੀ ਜਾਣੀ। ਉਹਨੇ ਬਾਈ ਨੇ ਕਿਹਾ ਮੰਜੀ ਪਈ ਨੇ, ਘੰਟਾ ਬਹੁ ਦੋ ਬਹੁ, ਤੁਹਾਡਾ ਆਪਦਾ ਘਰ ਇੱਥੇ ਬਹੁ ਅਤੇ ਬੱਕਰੀਆਂ ਮੀਆਂ ਦਿਖਾ ਤੇ ਜਾਵੇ, ਤਾਂ ਅਸੀਂ ਸਿਰਫ ਵੀਵਰਾਂ ਦੀ ਖਾਤਰ ਇੱਥੇ ਬੈਠੇ, ਇਨਸ਼ਾਅੱਲਾ ਆਪਦਾ ਵਾਅਦਾ ਪੂਰਾ ਕਰਕੇ ਜਾਵਾਂਗੇ। ਅਤੇ ਵੇਖ ਸਕਦੇ ਨੇ ਤੁਸੀਂ, ਬਾਈ ਹੋਰਾਂ ਨੇ ਗੋਤ ਸ਼ੁਰੂ ਕਰ ਦਿੱਤੀ ਹੈਗੀ ਹੈ, ਇਹ ਨਾਲ ਬਾਰਡਰ ਹੈਗਾ, ਜ਼ੀਰੋ ਲਾਈਨ ਹੈਗੀ ਹੈ। ਬਾਈ ਬਿਸ਼ਾਰਤ ਹੋਰੀ ਆਪਣੇ ਵੀਵਰਾਂ ਨੂੰ ਦੱਸ ਰਹੇ ਨੇ ਕੁਛ, ਅਤੇ ਇਹ ਵੇਖ ਸਕਦੇ ਨੇ ਜ਼ੀਰੋ ਲਾਈਨ। ਬਾਕੀ ਥੋੜ੍ਹੀ ਦੇਰ ਤੱਕ ਉਹਨਾਂ ਦਾ ਮਾਲ ਸ਼ਾਲ ਇੱਧਰ ਆ ਜਾ ਸੀ, ਉਹ ਵੀ ਤੁਹਾਨੂੰ ਵਿਖਾ ਸਕਦੇ। ਇਹ ਵਾੜਾ ਵੇਖ ਸਕਦੇ ਨੇ ਨਾਜ਼ਰੀਨ, ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਹੈਗਾ। ਮੈਂ ਅੰਦਰ ਜਾਣ ਦੀ ਕੋਸ਼ਿਸ਼ ਕਰ ਸਾਂ। ਉਹ ਇੱਥੇ ਜਿਹੜਾ ਕੁੱਤਾ ਫਿਰਦਾ ਸੀ ਉਹ ਤਾਂ ਨਹੀਂ ਆਉਂਦਾ ਕਿਉਂ ਬਾਈ ਸਤਾਰ? ਉਹ ਕੁੱਤਾ ਜਿਹੜਾ ਫਿਰਦਾ ਸੀ ਉਹ ਤਾਂ ਨਹੀਂ ਉਰਾਂਦਾ? ਇੱਥੇ ਇੱਕ ਪਾਉਂਦਾ ਪਿਆ ਜਿਹੜਾ। ਨਾਜ਼ਰੀਨ ਮੈਂ ਆ ਦੀਵਾਰ ਕ੍ਰਾਸ ਕਰਕੇ ਬਾਈ ਹੋਰਾਂ ਦਾ ਵਾੜਾ ਜਿਹੜਾ ਹੈਗਾ ਇਹ ਉੱਥੇ ਨੇੜੇ ਜਾਵਣ ਲੱਗਾ ਹਾਂ, ਤੁਹਾਨੂੰ ਵਿਖਾਉਣਾ ਹਾਂ। ਇਹ ਕੁੱਕੜੀਆਂ ਵੇਖ ਸਕਦੇ ਨੇ, ਇਹ ਪਾਕਿਸਤਾਨ ਦੇ ਵਿੱਚ ਫਿਰਦੇ ਹਨ। ਯਕੀਨ ਕਰੋ ਕਿ ਅੱਜ ਤੀਕਰ ਮੈਂ ਇਹ ਜਿਹਾ ਮਾਹੌਲ ਨਹੀਂ ਵੇਖਿਆ ਸੀ, ਸੁਣਿਆ ਸੀ ਪਿੰਡ ਠੂਠਿਆਣੇ ਦੇ ਬਾਰੇ। ਇਹ ਵੇਖ ਸਕਦੇ ਨੇ ਆਹ ਮੁਰਗੀਆਂ ਜਿਹੜੀਆਂ ਨੇ ਫਿਲਹਾਲ ਪਾਕਿਸਤਾਨ ਦੀ ਹਦੂਦ ਵਿੱਚ ਖੜੀਆਂ, ਆਹ ਹਦੂਦ ਪਾਕਿਸਤਾਨ ਹੈਗੀ ਹੈ, ਪਾਕਿਸਤਾਨ ਦੀ ਹੈਗੀ ਆ। ਵੇਖ ਸਕਦੇ ਨੇ ਇਹ ਪਰਲੀ ਸਾਈਡ ਦੇ
ਇੰਡੀਆ ਦੀ ਅਦੂਤ ਹੈਗੀ ਹੈ ਅਤੇ ਇਹ ਪਰ ਜਿਹੜਾ ਨਾ ਵੇਖ ਸਕਦੇ ਨੇ ਤੁਸੀਂ ਸਾਰਾ ਇੰਡੀਆ ਦਾ ਏਰੀਆ ਇਹ ਤਾਰ ਲੱਗੀ ਹੋਈ ਹੈਗੀ ਹੈ। ਇਹ ਇੰਡੀਆ ਦਾ ਟਰੈਕਟਰ ਫਿਰ ਰਿਹਾ ਕੰਮ ਕਰ ਰਿਹਾ ਹਾਲੇ ਵੀ, ਪਹਿਲੇ ਕੁਛ ਦੇਰ ਪਹਿਲਾਂ ਜਦੋਂ ਅਸੀਂ ਆਏ ਹਾਂ ਨਾ ਇੱਥੇ ਹਾਲੇ ਤੀਕਰ ਅੰਤ ਪਹੁੰਚੇ ਹੀ ਹੈ ਅਤੇ ਇਹ ਆਪਣੀ ਹਦੂਦ ਦੇ ਵਿੱਚ ਜਿਹੜਾ ਨਾ ਇਹ ਵਾਲੀ ਜਗ੍ਹਾ 'ਤੇ ਇੱਥੇ ਕੰਮ ਕਰ ਰਿਹਾ ਸੀ ਇੱਥੇ, ਅਤੇ ਜਦੋਂ ਅਸੀਂ ਇੱਥੇ ਪਹੁੰਚੇ ਹਾਂ ਤਾਂ ਫਿਰ ਵਾਪਸ ਚਲੇ ਗਏ ਨੇ ਇੱਕ ਵਾਰ, ਤਾਂ ਹੁਣ ਵਾਪਸੀ ਪਤਾ ਨਹੀਂ ਕਦੋਂ ਆਉਂਦੇ ਨੇ। ਅਤੇ ਨਾਜ਼ਰੀਨ ਤੁਹਾਨੂੰ ਇਹ ਵੀ ਖਾਸ ਹੈ ਕਿ ਥੋੜ੍ਹੀ ਦੇਰ ਬਾਅਦ ਬੱਕਰੀਆਂ ਆਉਂਦੀਆਂ ਪਈਆਂ, ਬੜਾ ਇੱਕ ਵੱਡਾ ਜਿਹੜਾ ਹੈਗਾ ਇਹ, ਉਹ ਵੀ ਤੁਹਾਨੂੰ ਵੀ ਖਾਸ ਹੈ। ਇੱਥੇ ਬਿਲਕੁਲ ਉਹਨਾਂ ਨੇ ਜ਼ੀਰੋ ਲਾਈਨ ਦੇ ਨਾਲ ਆਉਣ ਦੇ ਮਾਲ ਚਰਾਵਣਾ ਹੈਗਾ ਇਹ ਭੇਡਾਂ, ਤੁਹਾਨੂੰ ਜ਼ੂਮ ਕਰਕੇ ਵਿਖਾਉਂਦੇ ਆ, ਇਹ ਆ ਰਿਹਾ ਨੇ ਇਹਨਾਂ ਨੇ ਬਿਲਕੁਲ ਜ਼ੀਰੋ ਲਾਈਨ ਤੋਂ, ਜ਼ੀਰੋ ਲਾਈਨ ਦੇ ਨਾਲ ਨਾਲ ਇਹਨਾਂ ਨੇ ਆਉਣ ਤੋਂ ਚਰਾਵਣਾ ਮਾਲ ਹੈ, ਅਤੇ ਤੁਹਾਨੂੰ ਉਹ ਵੀ ਵਿਖਾਸ ਹੈ। ਅਤੇ ਇਹ ਮੁਰਗੀਆਂ ਵੇਖ ਸਕਦੇ ਨੇ ਪਾਕਿਸਤਾਨ ਦੀ ਹੱਦ 'ਚ ਖੜੀਆਂ ਨੇ, ਅਤੇ ਇਹਨਾਂ ਨੇ ਹੁਣੇ ਜਿਹੜਾ ਨਾ ਪਰਲੀ ਸਾਈਡ 'ਤੇ ਚਲਾ ਜਾਣਾ ਸੀ। ਇਹ ਉਹ ਵੇਖ ਸਕਦੇ ਨਾਜ਼ਰੀਨ, ਬਸ ਇੱਕ ਫੁੱਟ ਦੀ ਦੂਰੀ 'ਤੇ ਹੈਗੀ ਇਹ ਮੁਰਗੀ, ਇਹ ਇੰਡੀਆ ਦੇ ਵਿੱਚ ਜਾਣ ਵਾਲੀ ਹੈ। ਇਹਨੂੰ ਇੱਕ ਵਾਰੀ ਵੱਟਾ ਮਾਰ ਅਤੇ ਗੱਲਣੇ ਜੇ ਇੰਡੀਆ ਜਾਂਦੀ, ਅਤੇ ਇਹ ਬੰਟਾ ਮਿਲਿਆ ਛੋਟਾ ਜਿਹਾ, ਇਹ ਮਾਰ ਤਾਂ ਵੇਖਣੇ ਜੇ ਇੰਡੀਆ ਜਾਂਦੀ ਹੈ ਅਤੇ ਚੱਲ ਤੂੰ ਤਾਂ ਗੇੜਾ ਮਾਰਿਆ, ਅਸੀਂ ਤਾਂ ਨਹੀਂ ਜਾ ਸਕਣਾ। ਨਹੀਂ ਗਈ ਮੁਰਗੀ, ਨਹੀਂ ਨਹੀਂ ਜਾ ਰਹੀ ਨਾਜ਼ਰੀਨ ਵੇਖ ਸਕਦੇ ਗੜ ਸੱਟੀ ਹੈ, ਅਤੇ ਇਹ ਵੇਖ ਸਕਦੇ ਨਾਜ਼ਰੀਨ, ਯਕੀਨ ਕਰੋ ਕਿ ਇਹ ਮੁਰਗੀ ਇੰਡੀਆ ਦੀ ਸਰਹੱਦ, ਇੰਡੀਆ ਦੀ ਹਦੂਦ 'ਚ ਫਿਰ ਰਹੀ ਹੈਗੀ ਹੈ। ਇੱਥੇ ਆਪਣੇ ਪਾਕਿਸਤਾਨ ਦੇ ਨਹੀਂ ਜਾ ਸਕਦੇ ਨੇ, ਲੇਕਿਨ ਜਿਹੜਾ ਨਾ ਜਾਨਵਰ ਹੋ ਗਿਆ, ਜੋ ਵੀ ਜਾਨਵਰਾਂ ਦੇ ਵਿੱਚ ਚੀਜ਼ਾਂ ਆ ਜਾਂਦੀਆਂ ਨੇ ਉਹ ਚਲੀਆਂ ਜਾਂਦੀਆਂ ਨੇ। ਇਹ ਤਾਰ ਲਾਈ ਹੋਈ ਹੈ ਇਹਨਾਂ ਨੇ ਵੀ ਇੱਥੇ ਮਾਲ ਛਾਲ ਇਹਨਾਂ ਦਾ ਬੰਨਿਆ ਹੁੰਦਾ ਆ, ਵਾੜਾ ਹੈਗਾ ਇਹਨੇ, ਆ ਨਾਲ ਬਿਲਕੁਲ ਪਿੰਡ ਹੈਗਾ ਬਾਈ ਅਬਦੁਲ ਸਤਾਰ ਉਹਨਾਂ ਦਾ, ਉਹ ਬੈਠੇ ਨੇ ਗੱਪ ਸ਼ੱਪ ਲਾ ਰਹੇ ਨੇ। ਉਤਲੀ ਤੇ ਚੜ ਜਾਂਦਾ।